दोस्तों, अज असीं सिख तारीख विच 20 जून दे दिन दीआं घटनावां दा जिक्र करांगे। साडे कोल सब तों पहली घटना 1710 दी 20 जून दी है। 20 जून 1710 दे दिन बाबा बंदा सिंह बहादुर दा विआह होया सी। 12 मई 1710 दे दिन सरहंद ते बंदा सिंह बहादुर ने पूरी तरह कब्जा कर लिया। जद ते सिखां ने उन्हां नूं कहना शुरू करता कि हुण तुसीं गृहस्थ जीवन विच आ जाओ, तो काफ़ी देर उन्हां नूं जदों इदां करदे रहे, लोग समझाउंदे रहे, उन्हां नूं प्रभावित करन दी कोशिश करदे रहे। अखीर उन्हां ने उन्हां दी गल मान ली ते शादी करना मान लिया। तो यह शादी जिहड़ी 20 जून 1710 दे दिन होई सी। उन्हां दी शादी जिस दे नाल होई है, वह परिवार जिहड़ा है गुरु हरराय साहब दे वेले तो सिखी नाल जुड़िया होया सी। ਇਹ ਸਿਆਲਕੋਟ ਦੇ ਭਾਈ ਸ਼ਿਵ ਕੁਮਾਰ ਅਤੇ ਬੀਬੀ ਭਾਗਵੰਤੀ ਦੀ ਬੇਟੀ ਸਾਹਿਬ ਕੌਰ ਦੇ ਨਾਲ ਬਾਬਾ ਬੰਦਾ ਸਿੰਘ ਦਾ ਵਿਆਹ ਹੋਇਆ। ਇਸ ਪਰਿਵਾਰ ਬਾਰੇ ਤੁਹਾਨੂੰ ਕੁਛ ਹੋਰ ਦੱਸ ਦੇਣਾ ਚਾਹਾਂਗਾ ਕਿ ਬੀਬੀ ਸਾਹਿਬ ਕੌਰ ਜਿਹੜੀ ਹੈ ਉਹ ਵੀਰ ਹਕੀਕਤ ਸਿੰਘ ਦੀ ਭੂਆ ਸੀ, ਜਿਹਨੂੰ ਫਿਰਕਾ ਪ੍ਰਸਤ ਲੇਖਕ ਪਰਮਾਨੰਦ ਨੇ ਜਿੱਦਾਂ ਬੰਦਾ ਸਿੰਘ ਬਹਾਦਰ ਨੂੰ ਵੀਰ ਬੈਰਾਗੀ ਅਤੇ ਇਹਨੂੰ ਵੀਰ ਹਕੀਕਤ ਰਾਏ ਜਿਹੜਾ ਹੈ ਉਹ ਲਿਖਣ ਦੀ ਹਰਕਤ ਕੀਤੀ ਸੀ। ਤੋ ਇਹ ਉਸ ਪਰਿਵਾਰ ਦੇ ਨਾਲ ਸੰਬੰਧਿਤ ਸੀ। ਇੱਕ ਯਾਦ ਰਵੇ ਕਿ ਇਸ ਹਕੀਕਤ ਸਿੰਘ ਨੂੰ 1785 ਦੇ ਨਾਲ ਆਪਣੇ ਮਾਮੇ ਅਰਜਨ ਸਿੰਘ ਵਧਾਵਤ ਦੇ ਨਾਲ ਲਾਹੌਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ, ਕਿਉਂਕਿ ਉਹਨੇ ਇਸਲਾਮ ਕਬੂਲ ਕਰਨ ਤੋਂ ਨਾ ਕਰ ਦਿੱਤੀ ਸੀ। ਇਸ ਸ਼ਾਦੀ ਤੋਂ ਬਾਅਦ ਬੀਬੀ ਸਾਹਿਬ ਕੌਰ ਕੁਝ ਚਿਰ ਬੰਦਾ ਸਿੰਘ ਬਹਾਦਰ ਦੇ ਨਾਲ ਸਰਹੰਦ ਵਿੱਚ ਰਹੀ ਹੈ ਅਤੇ ਫਿਰ ਬਾਅਦ ਵਿੱਚ ਪਿੰਡ ਟਾਂਡਾ ਟੋਡਾ ਯਾਨੀ ਵੱਡੇ ਟਾਂਡਾ ਜਿਹੜਾ ਰਿਆਸੀ ਦੇ ਕੋਲ ਹੈ, ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਹੈ, ਉੱਥੇ ਚਲੀ ਗਈ ਹੈ, ਜਿੱਥੇ ਉਸਨੇ ਜਾ ਕੇ ਬੰਦਾ ਸਿੰਘ ਬਹਾਦਰ ਦੇ ਪਹਿਲੇ ਬੇਟੇ ਰਣਜੀਤ ਸਿੰਘ ਨੂੰ ਜਨਮ ਦਿੱਤਾ। ਚੇਤੇ ਰਹੇ ਕਿ ਬੰਦਾ ਸਿੰਘ ਬਹਾਦਰ ਦੀ ਦੂਜੀ ਸ਼ਾਦੀ 1711 ਵਿੱਚ ਹੋਈ ਸੀ। ਚੰਬੇ ਦੀ ਰਾਜਕੁਮਾਰੀ ਜਿਹੜੀ ਹੈ ਉਸ ਦੇ ਨਾਲ ਹੋਇਆ ਸੀ। ਸੁਸ਼ੀ ਕੁੰਵਰ ਸ਼ਹਿਜ਼ਾਦੀ ਨੂੰ ਕਹਿੰਦੇ ਆ, ਐਕਚੁਲੀ ਉਹਦਾ ਤਾਂ ਸ਼ਹਿਜ਼ਾਦਾ ਹੀ ਹੈ ਪਰ ਬੀਬੀਆਂ ਨੂੰ ਵੀ ਕੁੰਵਰ ਕਹਿੰਦੇ, ਪ੍ਰਿੰਸ ਜਿਹੜੇ ਸ਼ਾਹੀ ਖਾਨਦਾਨ ਨੇ। ਤੋ ਸੁਸ਼ੀਲ ਕੁੰਵਰ ਜਿਸਦਾ ਨਾਂ ਸ਼ਾਦੀ ਤੋਂ ਬਾਅਦ ਸੁਸ਼ੀਲ ਕੌਰ ਰੱਖਿਆ ਗਿਆ, ਉਸਦੇ ਨਾਲ ਹੋਈ ਸੀ। ਅਤੇ ਸੁਸ਼ੀਲ ਕੌਰ ਦਾ ਹੀ ਬੱਚਾ ਜਿਹੜਾ ਅਜੇ ਸਿੰਘ ਸੀ, ਜਿਸ ਨੂੰ ਬੰਦਾ ਸਿੰਘ ਬਹਾਦਰ ਦੇ ਨਾਲ 9 ਜੂਨ 1716 ਦੇ ਦਿਨ ਦਿੱਲੀ ਵਿੱਚ ਮਹਿਰੋਲੀ ਕੋਲ ਜਿਹੜਾ ਸ਼ਹੀਦ ਕੀਤਾ ਗਿਆ ਸੀ। ਪਹਿਲਾਂ ਅਜੇ ਸਿੰਘ ਨੂੰ ਸ਼ਹੀਦ ਕੀਤਾ ਸੀ, ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਸੀ। ਸੋ ਬੰਦਾ ਸਿੰਘ ਬਹਾਦਰ ਦੀ ਸ਼ਾਦੀ ਜਿਹੜੀ ਹੈ 20 ਜੂਨ 1710 ਦੀ ਹੈ। ਫਿਰ 20 ਜੂਨ ਦਾ ਸਾਡੇ ਕੋਲ ਦਿਨ 1936 ਵਿੱਚ ਵੀ ਆਉਂਦਾ। 1936 ਦੀ 20 ਜੂਨ ਨੂੰ ਬੱਬਰ ਅਕਾਲੀਆਂ ਨੇ ਅਨੂਪ ਸਿੰਘ ਮਾਣੋਕੇ ਨੂੰ ਮਾਰਿਆ ਸੀਗਾ। ਅਨੂਪ ਸਿੰਘ ਮਾਣੋਕੇ ਜਿਹੜਾ ਕਿਸੇ ਜ਼ਮਾਨੇ 'ਚ ਬੱਬਰ ਡੈਣ ਦਾ ਹਿੱਸਾ ਸੀ, ਪਰ ਇੱਕ ਲੜਕੀ ਦੇ ਇਸ਼ਕ ਵਿੱਚ ਚੱਕਰ ਵਿੱਚ ਆ ਗਿਆ ਅਤੇ ਉਹ ਜਿਹੜਾ ਆਪਣੇ ਉਸਦੇ ਚਾਚੇ ਬੋਧ ਰਾਏ ਨੇ ਉਸਨੂੰ ਜਿਹੜਾ ਗੱਦਾਰ ਬਣਨ ਵਾਸਤੇ ਤਿਆਰ ਕੀਤਾ। ਤੋ ਬੋਗ ਸਿੰਘ ਨੇ ਉਸਨੂੰ ਗੱਦਾਰ ਬਣਨ ਵਾਸਤੇ ਤਿਆਰ ਕੀਤਾ। ਉਹ ਪੁਲਿਸ ਨਾਲ ਰਲ ਗਿਆ ਕਿਉਂਕਿ ਉਹਦੇ ਕੋਲ ਸਾਰੇ ਰਾਜ ਸਨ, ਕਿਉਂਕਿ ਮੈਂਬਰ ਆ ਸੀ ਅਤੇ ਉਹਦੇ ਕੋਲ ਲੋਕ ਆਉਂਦੇ ਜਾਂਦੇ ਰਹਿੰਦੇ ਸਨ। 1 ਸਤੰਬਰ 1923 ਤੋਂ ਪਹਿਲੀ ਰਾਤ ਨੂੰ ਉਹਦੇ ਕੋਲ 4 ਬੜੇ ਸੀਨੀਅਰ ਬੱਬਰ ਅਕਾਲੀ ਆਏ ਸਨ, ਜਿਨ੍ਹਾਂ ਦੇ ਸਿਰ 'ਤੇ ਹੀ ਬੱਬਰ ਲਹਿਰ ਚੱਲ ਰਹੀ ਸੀ। ਇਹ ਸਨ ਕਰਮ ਸਿੰਘ ਦੌਲਤਪੁਰ, ਜਿਸਨੇ ਬੱਬਰ ਅਕਾਲੀ ਅਖਬਾਰ ਕੱਢੀ ਸੀ ਅਤੇ ਜਿਹਦੇ ਕਰਕੇ ਇਹਦਾ ਨਾਂ ਬੱਬਰ ਅਕਾਲੀ ਜੱਥਾ ਬਣ ਗਿਆ ਸੀ। ਸੋ ਕਰਮ ਸਿੰਘ ਦੌਲਤਪੁਰ ਦੇ ਨਾਲ ਉਦੈ ਸਿੰਘ ਜਿਹੜਾ ਉਹ ਵੀ ਅਹਿਮ ਬੰਦਾ ਸੀਗਾ, ਬਿਸ਼ਨ ਸਿੰਘ ਧਮਿੰਦਰ ਸਿੰਘ, ਇਹ 4 ਜਣੇ ਸਨ ਉਹਦੇ ਕੋਲ 31 ਅਗਸਤ ਦੀ ਰਾਤ ਨੂੰ ਅਤੇ ਠਹਿਰੇ ਹੋਏ ਸਨ। ਅਤੇ ਉਸ ਨੇ ਅਨੂਪ ਸਿੰਘ ਨੇ ਆਪਣੇ ਚਾਚੇ ਬੋਗ ਸਿੰਘ ਦੀ ਮਦਦ ਦੇ ਨਾਲ ਪੁਲਿਸ ਅਤੇ ਫੌਜ ਨੂੰ ਸੱਦ ਕੇ ਘੇਰਾ ਪਵਾ ਲਿਆ, ਜਿਹਦੇ ਨਾਲ ਪਹਿਲਾਂ ਤਾਂ ਉਹ ਮੁਕਾਬਲਾ ਕਰਨ ਦੀ ਸੋਚੀ, ਪਰ ਉਹਨਾਂ ਦੇਖਿਆ ਵੀ ਇਹ ਤਾਂ ਸੈਂਕੜੇ ਦੀ ਗਿਣਤੀ 'ਚ ਫੌਜ ਪੁਲਿਸ ਸਹਿ ਮੁਕਾਬਲਾ ਨਹੀਂ ਕਰ ਸਕਣਗੇ। ਅਤੇ ਉਹ ਨਿਕਲ ਕੇ ਦਰਿਆ ਵੱਲ ਬੇਈ ਵੱਲ ਚੱਲ ਪਏ। ਉਹ ਕੁਝ ਬੇਈ ਪਾਰ ਕਰਦਿਆਂ ਜਿਹੜੇ ਨੇ ਗੋਲੀਆਂ ਦੀ ਮਾਰ ਦਾ ਸ਼ਹੀਦ ਹੋ ਗਏ ਅਤੇ ਕੁਛ ਪੁਲਿਸ ਦੀ ਗੋਲੀ ਨਾਲ ਉਸ ਤਰ੍ਹਾਂ ਬੇਈ ਤੋਂ ਪਹਿਲਾਂ ਸ਼ਹੀਦ ਹੋ ਗਏ। ਤੋ ਸੋ 4 ਜਣਿਆਂ ਦੀ ਸ਼ਹੀਦੀ ਤੋਂ ਬਾਅਦ ਬੱਬਰ ਲਹਿਰ ਆਲਮੋਸਟ ਤਕਰੀਬਨ ਖਤਮ ਹੋ ਚੁੱਕੀ ਸੀ। ਤੋ ਬੱਬਰ ਲਹਿਰ ਦੇ ਖਤਮ ਹੋਣ ਦੇ ਨਾਲ ਬੜਾ ਵੱਡਾ ਨੁਕਸਾਨ ਹੋਇਆ। 26 ਫਰਵਰੀ 1926 ਨੂੰ 6 ਬੱਬਰਾਂ ਨੂੰ ਫਾਂਸੀ ਦਿੱਤੀ ਗਈ, ਬਾਕੀਆਂ ਨੂੰ ਜਿਹੜੀ ਹੈ ਵੱਡੀਆਂ ਵੱਡੀਆਂ ਕੈਦਾਂ ਜਿਹੜੀਆਂ ਨੇ 10-10, 20-20 ਸਾਲ ਦੀਆਂ ਕੀਤੀਆਂ ਗਈਆਂ ਸਨ। ਕੁਝ ਬੱਬਰ ਸਨ ਜਿਹੜੇ ਆ ਕੇ 1938 'ਚ ਯਾਨੀ ਕਿ 12-14 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਰਿਹਾ ਹੋਏ ਸਨ। ਸੋ ਭਾਵੇਂ ਕੋਈ ਇੱਕ ਅੱਧਾ ਟਾਵਾਂ ਟਾਵਾਂ ਬੱਬਰ ਬਚਿਆ ਸੀਗਾ ਅਤੇ ਉਹ ਯਾ ਚਾਹੁੰਦੇ ਸਨ ਕਿ ਜਿਨ੍ਹਾਂ ਨੇ ਬੱਬਰਾਂ ਨੂੰ ਸ਼ਹੀਦ ਕੀਤਾ, ਬੱਬਰ ਲਹਿਰ ਦਾ ਕਾਤਲ ਹੈ ਸਭ ਤੋਂ ਵੱਡਾ, ਉਹ ਹੈ ਅਨੂਪ ਸਿੰਘ ਮਾਣੋ, ਕਿ ਉਸਨੂੰ ਮਾਰਿਆ ਜਾਏ। ਤਾਂ ਉਸ ਦੇ ਵਾਸਤੇ ਕੁਛ ਲੋਕ ਇੰਡੀਵਿਜੁਅਲ ਜਿਹੜੇ ਸਨ, 2-3 ਅਣਜਾਣੇ ਬੱਬਰ ਸਨ, ਉਹ ਆਪਸ 'ਚ ਸਲਾਹ ਕਰਦੇ ਰਹੇ। ਇਹਨਾਂ ਵਿੱਚ ਸਨ ਕਰਤਾਰ ਸਿੰਘ ਕਿਰਤੀ, ਚੱਕ ਬਾਗੜੀਆਂ, ਜ਼ਿਲ੍ਹਾ ਜਲੰਧਰ, ਗੁਰਦੇਵ ਸਿੰਘ
ਗੁਰਦਿੱਤ ਸਿੰਘ ਕਲੇਰ ਮੰਡਿਆਲੀ ਜ਼ਿਲ੍ਹਾ ਜਲੰਧਰ ਅਤੇ ਉਜਾਗਰ ਸਿੰਘ ਭਨਿਆਲੀਆਂ ਜ਼ਿਲ੍ਹਾ ਫਿਰੋਜ਼ਪੁਰ। ਸੋ ਕਰਤਾਰ ਸਿੰਘ ਕਿਰਤੀ, ਗੁਰਦਿੱਤ ਸਿੰਘ ਕਲੇਰ ਅਤੇ ਉਜਾਗਰ ਸਿੰਘ ਭਨਿਆਲੀਆਂ ਨੇ ਮੌਕਾ ਤਾੜ ਕੇ ਇੱਕ ਦਿਨ ਅਨੂਪ ਸਿੰਘ 'ਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ। ਇਸ ਕੇਸ ਵਿੱਚ ਇਹ ਫੜੇ ਗਏ ਅਤੇ ਕਰਤਾਰ ਸਿੰਘ ਅਤੇ ਗੁਰਦਿੱਤ ਸਿੰਘ ਜਿਹੜਾ ਇਹ ਦੋਨਾਂ ਜਣਿਆਂ ਨੂੰ ਜਿਹੜੀ ਹੈ ਅਤੇ ਨਾਲ ਜਿਹੜਾ ਉਜਾਗਰ ਸਿੰਘ ਬਹੁਤ ਛੋਟਾ ਜਿਹਾ ਸੀਗਾ, 16 ਸਾਲ ਦੀ ਉਮਰ ਸੀ, ਇਹਨਾਂ ਨੂੰ ਉਮਰ ਕੈਦ ਕੀਤੀ ਗਈ। ਪਰ ਜਿਹੜੀ ਉਜਾਗਰ ਸਿੰਘ ਦੀ ਉਮਰ ਕੈਦ ਹੈ ਉਹ ਬਾਅਦ ਵਿੱਚ ਹਾਈ ਕੋਰਟ ਨੇ ਜਿਹੜੀ ਹੈ ਖਤਮ ਕਰ ਦਿੱਤੀ ਅਤੇ ਉਸਨੂੰ ਰਿਹਾਅ ਕਰ ਦਿੱਤਾ ਸੀ। ਇਹ ਘਟਨਾ ਜਿਹੜੀ ਹੈ 20 ਜੂਨ 1936 ਦੀ ਹੈ। 20 ਜੂਨ 1972 ਦੀ ਵੀ ਇੱਕ ਘਟਨਾ ਹੈ ਕਿ ਕੋਲਕਾਤਾ ਕਲਕੱਤਾ ਜਿਹੜਾ ਹੁਣ ਕਲਕੱਤਾ ਕਹਿੰਦੇ ਆ, ਇਹਦੇ ਵਿੱਚ ਸਦਾ ਵਰਤ ਗੁਰਦੁਆਰਾ ਹੈ ਜਿਸ ਦੇ ਵਿੱਚ ਬੰਗਾਲੀਆਂ ਨੇ ਜਿਸ ਤਰ੍ਹਾਂ ਉਹਨਾਂ ਦੇ ਨਾਲ ਲਹਿਰ ਚੱਲਦੀ ਹੋਈ ਸੀ ਗੈਰ ਬੰਗਾਲੀਆਂ ਦੇ ਉੱਤੇ ਹਮਲੇ ਕਰਨ ਦੀ, ਤੋ ਇਸ ਲਹਿਰ ਵਿੱਚ ਇੱਕ ਛੋਟੀ ਜਿਹੀ ਘਟਨਾ ਤੋਂ ਬਾਅਦ ਸਿੱਖਾਂ 'ਤੇ ਹਮਲਾ ਕੀਤਾ ਜਿਹਦੇ ਨਾਲ 20 ਸਿੱਖ ਜਿਹੜੇ ਸਨ ਬੰਗਾਲੀਆਂ ਨੇ ਮਾਰ ਦਿੱਤੇ, ਕਿਉਂਕਿ ਉਸ ਵੇਲੇ ਖੱਬੇ ਪੱਖੀ ਸਰਕਾਰ ਸੀ ਅਤੇ ਉਹਨਾਂ ਨੇ ਇਸ 'ਤੇ ਇਕਦਮ ਕਾਬੂ ਪਾ ਲਿਆ ਅਤੇ ਜਿਹੜੇ ਕਾਤਲ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਮੁਕੱਦਮਾ ਚਲਾਇਆ। ਨਹੀਂ ਤਾਂ ਇਹਦੀ ਲਹਿਰ ਜਿਹੜੀ ਹੈ ਪੰਜਾਬ ਵਿੱਚ ਪਹੁੰਚਣ ਦਾ ਖਤਰਾ ਹੋ ਗਿਆ ਸੀਗਾ, ਤੋ ਇਸ ਕਰਕੇ ਉਹ ਖੱਬੇ ਪਾਸੀ ਪੱਖੀ ਸਰਕਾਰ CPM ਵਾਲਿਆਂ ਨੇ ਬੜੀ ਸਿਆਣਪ ਦੇ ਨਾਲ ਇਸ ਗੱਲ ਨੂੰ ਖਤਮ ਕਰ ਦਿੱਤਾ। ਫਿਰ ਸਾਡੇ ਕੋਲ 20 ਜੂਨ 1977 ਦੀ ਘਟਨਾ ਹੈ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ 24 ਜੂਨ 1975 ਦੇ ਦਿਨ ਇੰਦਰਾ ਗਾਂਧੀ ਨੇ ਅੰਦਰੂਨੀ ਐਮਰਜੈਂਸੀ ਇੰਟਰਨਲ ਐਮਰਜੈਂਸੀ ਲਾ ਕੇ ਹਜ਼ਾਰਾਂ ਜਿਹੜੇ ਲੀਡਰਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਛੁੱਟ, ਕਿਉਂਕਿ ਉਸ ਦੀ ਇਲੈਕਸ਼ਨ ਨੂੰ ਇਲਾਹਾਬਾਦ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ ਇਸ ਦੀ ਬਜਾਏ ਕਿ ਉਹ ਅਸਤੀਫਾ ਦੇ ਦਿੰਦੀ, ਅਤੇ ਉਸ ਨੇ ਸਗੋਂ ਉਲਟਾ ਐਮਰਜੈਂਸੀ ਲਾ ਕੇ ਅਤੇ ਸਾਰੇ ਲੀਡਰਾਂ ਨੂੰ ਗ੍ਰਿਫਤਾਰ ਕਰ ਦਿੱਤਾ ਤਾਂ ਜੋ ਉਹਦੀ ਜਿਹੜੀ ਉਹਦੇ ਕੋਲ ਅਸਤੀਫੇ ਦੀ ਮੰਗ ਨਾ ਕਰ ਸਕਣ ਅਤੇ ਸਰਕਾਰ ਬਦਲਣੀ ਨਾ ਪੈ ਜਾਵੇ। ਤੋ ਇਸ ਵੇਲੇ ਫਿਰ ਜਦੋਂ ਇਲੈਕਸ਼ਨ 1977 ਵਿੱਚ ਇਹ ਖਤਮ ਹੋਈ ਹੈ ਤਾਂ 1977 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦੇ 'ਚ ਕਸ਼ਮੀਰ ਤੋਂ ਲੈ ਕੇ ਬੰਗਾਲ ਤੱਕ ਜਿਹੜਾ ਸਾਰੇ ਦਾ ਸਾਰਾ ਉੱਤਰੀ ਮੱਧ ਪੂਰਬੀ ਅਤੇ ਪੱਛਮੀ ਭਾਰਤ ਜਿਹੜਾ ਉਹਦੇ 'ਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ, ਬਿਲਕੁਲ ਖਾਲੀ ਹੋ ਗਿਆ, ਉਹਨਾਂ ਦਾ ਨਾਂ ਨਿਸ਼ਾਨ ਨਾ ਰਿਹਾ ਅਤੇ ਸਾਊਥ ਇੰਡੀਆ 'ਚ ਕੋਈ ਥੋੜ੍ਹੀ ਜਿਹੀ ਇਹਨਾਂ ਨੂੰ ਸੀਟਾਂ ਮਿਲੀਆਂ। ਇਸ ਮੌਕੇ 'ਤੇ ਐਕਚੁਅਲੀ ਜਨਸੰਘ, ਸਾਰੀਆਂ ਸੋਸ਼ਲਿਸਟ ਪਾਰਟੀਆਂ, ਸੁਤੰਤਰ ਪਾਰਟੀ, ਰਿਪਬਲਿਕਨ ਪਾਰਟੀ ਅਤੇ ਹੋਰ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਇੱਕ ਜਨਤਾ ਪਾਰਟੀ ਬਣਾ ਲਈ ਸੀ ਜਿਹਦੇ ਕਰਕੇ ਇਹ ਐਡੀ ਵੱਡੀ ਜਿਹੜੀ ਹੈ ਜਿੱਤ ਹਾਸਲ ਹੋਈ। ਜਦੋਂ ਜਿੱਤ ਹਾਸਲ ਹੋਈ ਤਾਂ ਮੋਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣ ਗਿਆ, ਤਾਂ ਸਾਰਿਆਂ ਨੇ ਇਹ ਸੋਚਿਆ, ਸਰਕਾਰ ਨੇ ਇਹ ਸੋਚਿਆ ਵੀ ਕਿਉਂਕਿ ਇੰਨੇ ਸੂਬਿਆਂ ਵਿੱਚ ਕਾਂਗਰਸ ਦੀ ਬੜੀ ਬੁਰੀ ਹਾਲਤ ਹੋਈ ਅਤੇ ਲੋਕਾਂ ਦਾ ਇਹਨਾਂ ਤੋਂ ਯਕੀਨ ਉੱਠ ਚੁੱਕਿਆ, ਉਹਨਾਂ ਨੇ ਅਸੈਂਬਲੀਆਂ ਵੀ ਤੋੜ ਦਿੱਤੀਆਂ ਅਤੇ ਇਹਨਾਂ ਅਸੈਂਬਲੀਆਂ ਦੇ ਦੁਬਾਰਾ ਇਲੈਕਸ਼ਨਾਂ ਕਰਵਾਈਆਂ। ਇਹਦੇ ਵਿੱਚ ਹੀ ਪੰਜਾਬ ਅਸੈਂਬਲੀ ਸੀ ਜਿਹਦੀਆਂ ਚੋਣਾਂ ਜਿਹੜੀਆਂ ਜੂਨ 1977 ਵਿੱਚ ਕਰਵਾਈਆਂ ਗਈਆਂ। 117 ਪੰਜਾਬ ਦੀ ਸੀਟਾਂ ਵਿੱਚੋਂ ਅਕਾਲੀਆਂ ਨੂੰ ਜਿਹੜਾ 58 ਮਿਲੀਆਂ, 2 ਅਕਾਲੀਆਂ ਦੇ ਮਹਿਤੀ ਯਾਨੀ ਕਿ 60 ਅਕਾਲੀ ਸਨ, ਮੈਜੋਰਟੀ ਉਹਨਾਂ ਦੀ ਸੀਗੀ। 25 ਜਨਤਾ ਪਾਰਟੀ ਨੂੰ ਸਾਰੀ ਦੇ ਸਾਰੀਆਂ ਜਿਹੜੇ ਸਨ ਇਹ 25 ਵਿੱਚ, ਸੋਸ਼ਲਿਸਟ ਜਨਸੰਘ ਜਿਹੜੇ ਨਾ ਇਹ ਸਾਰੇ ਦੇ ਸਾਰੇ ਸ਼ਾਮਿਲ ਸਨ, 8 ਕਮਿਊਨਿਸਟ ਪਾਰਟੀ ਆਫ ਇੰਡੀਆ CPI ਨੂੰ ਅਤੇ 7 CPM ਨੂੰ ਮਿਲੀਆਂ ਸਨ। ਤੋ ਇਸ ਮੌਕੇ 'ਤੇ ਫਿਰ ਜਿਹੜੀ ਕਾਂਗਰਸ ਨੂੰ ਸਿਰਫ 17 ਸੀਟਾਂ ਹੀ ਮਿਲ ਸਕੀਆਂ 117 ਵਿੱਚੋਂ। ਤੋ ਕਿਉਂਕਿ ਬਾਦਲ ਪਹਿਲਾਂ ਸੈਂਟਰ 'ਚ ਮਿਨਿਸਟਰ ਸੀ, ਉਹ ਅਸਤੀਫਾ ਦੇ ਕੇ ਉਹਨੇ ਪੰਜਾਬ 'ਚ ਇਲੈਕਸ਼ਨ ਲੜੀ ਸੀਗੀ ਅਤੇ ਪੰਜਾਬ ਦਾ ਉਹਨੂੰ ਚੀਫ ਮਿਨਿਸਟਰ 20 ਜੂਨ 1977 ਨੂੰ ਬਣ ਗਿਆ। ਭਾਵੇਂ ਅਕਾਲੀ ਦਲ ਦੀ ਆਪਣੀ ਇਕੱਲਿਆਂ ਦੀ ਪਾਰਟੀ ਦੀ ਸਰਕਾਰ ਬਣ ਸਕਦੀ ਸੀ, 117 ਚੋਂ 60 ਦੀ ਉਹਨਾਂ ਦੇ ਕੋਲ ਪੂਰੀ ਮੈਜੋਰਟੀ ਸੀ, ਪਰ ਫਿਰ ਵੀ ਉਹਨਾਂ ਨੇ ਇਹਦੇ 'ਚ ਜਨਤਾ ਪਾਰਟੀ ਜਿਹੜੀ ਹੈ ਉਹਨੂੰ ਪੂਰੇ ਦਾ ਪੂਰਾ ਹਿੱਸਾ ਦਿੱਤਾ ਅਤੇ ਤਕਰੀਬਨ 3 ਹਿੱਸਾ ਵਜ਼ੀਰੀਆਂ ਜਨਤਾ ਪਾਰਟੀ ਦੀਆਂ ਆਈਆਂ, ਹਾਲਾਂਕਿ ਉਹਨਾਂ ਦਾ 4 ਹਿੱਸਾ ਵੀ ਨਹੀਂ ਸੀ ਬਣਦਾ। ਅਤੇ ਔਰ ਸਾਰੀਆਂ ਵੱਡੇ ਵੱਡੇ ਮਹਿਕਮੇ ਸਨ, ਖਾਸ ਕਰਕੇ ਜਿਹੜੇ ਅੱਜ ਕੱਲ੍ਹ ਦੀ BJP ਹੈ, ਇਹਨਾਂ ਨੇ ਟੈਕਸੇਸ਼ਨ ਅਤੇ ਫਾਈਨਾਂਸ ਵਗੈਰਾ ਦੇ ਜਿਹੜੇ ਸਨ ਮਹਿਕਮੇ ਉਹਨਾਂ ਦੇ ਹੱਥ ਰੱਖੀ ਹੋਈ ਸੀ, ਜਿੱਥੇ ਜਿੱਥੋਂ ਪੈਸਾ ਜ਼ਿਆਦਾ ਮਿਲਦਾ। ਸੋ ਇਹ ਸਾਰੀਆਂ ਜਿਹੜੀਆਂ ਇਹਨਾਂ ਨੂੰ ਮਿਲ ਗਈਆਂ। 20 ਜੂਨ 1984 ਦੀ ਘਟਨਾ, ਕਿਉਂਕਿ ਆਪਾਂ ਜਾਣਦੇ ਹਾਂ ਕਿ 4 ਜੂਨ 1984 ਦੇ ਦਿਨ ਭਾਰਤੀ ਫੌਜ ਨੇ 125 ਦੇ ਤਕਰੀਬਨ ਗੁਰਦੁਆਰੇ ਦੇ ਉੱਤੇ ਕਬਜ਼ਾ ਕੀਤਾ ਸੀ, ਹਮਲਾ ਕੀਤਾ ਸੀ, ਘੇਰਾ ਪਾਇਆ ਹੋਇਆ ਸੀਗਾ, ਆਪਣੇ ਕੰਟਰੋਲ 'ਚ ਲਿਆ ਸੀ। ਅਤੇ ਅਖੀਰ ਇਸ 16 ਦਿਨ ਬਾਅਦ ਭਾਰਤ ਸਰਕਾਰ ਨੇ ਫੌਜ ਨੂੰ ਹੁਕਮ ਦਿੱਤਾ ਵੀ ਉਹ ਜਿਹੜਾ ਬਾਕੀ ਗੁਰਦੁਆਰਿਆਂ ਤੋਂ ਕਬਜ਼ਾ ਹਟਾ ਲੈਣ, ਸਿਰਫ ਮੁੱਖ ਗੁਰਦੁਆਰਾ 'ਤੇ ਜਿਹਨਾਂ 'ਚ ਦਰਬਾਰ ਸਾਹਿਬ ਸਭ ਤੋਂ ਅਹਿਮ ਸੀਗਾ ਉਹਦੇ ਉੱਤੇ ਕਬਜ਼ਾ ਰਿਹਾ। ਅਤੇ ਬਾਕੀ ਭਾਵੇਂ ਇਹਨਾਂ ਗੁਰਦੁਆਰਿਆਂ 125 ਤੋਂ ਕਬਜ਼ਾ ਤਾਂ ਪੁਲਿਸ ਫੌਜ ਨੇ ਖਤਮ ਕਰ ਦਿੱਤਾ, ਪਰ ਆਲੇ ਦੁਆਲੇ ਪੁਲਿਸ ਦੀ ਜਿਹੜੀ ਹੈ ਨਿਗਰਾਨੀ ਫਿਰ ਵੀ ਕਾਇਮ ਰਹੀ। ਇਸ ਤੋਂ ਬਾਅਦ ਸਾਡੇ ਕੋਲ ਨਕਲੀ ਮੁਕਾਬਲਿਆਂ ਦਾ ਦੌਰ ਆਉਂਦਾ ਹੈ। ਸਭ ਤੋਂ ਪਹਿਲੀ ਘਟਨਾ 20 ਜੂਨ 1987 ਦੀ ਹੈ। 20 ਜੂਨ 1987 ਦੇ ਦਿਨ ਪੰਜਾਬ ਪੁਲਿਸ ਨੇ ਲਖਬੀਰ ਸਿੰਘ ਪੁੱਤਰ ਸੰਤਾ ਲਖਬੀਰ ਸਿੰਘ ਉਰਫ ਸੰਤਾ ਪੁੱਤਰ ਦਿਲਾਵਰ ਸਿੰਘ ਵਾਸੀ ਕਰਨਾਣਾ ਜ਼ਿਲ੍ਹਾ ਜਲੰਧਰ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। 1999 ਦੇ ਦਿਨ ਵੀ ਇਸ ਤਰ੍ਹਾਂ ਦੀ ਸਾਡੇ ਕੋਲ ਘਟਨਾ ਮਿਲਦੀ ਹੈ, ਜਦੋਂ 20 ਜੂਨ 1999 ਦੇ ਦਿਨ ਪੰਜਾਬ ਪੁਲਿਸ ਨੇ ਸਿਕੰਦਰ ਸਿੰਘ ਵਾਸੀ ਕੋਠੇ ਕੋਟਕਪੂਰਾ ਸਿੱਖਾਂ ਵਾਲਾ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। 1990 ਦੀ ਵੀ ਸਾਡੇ ਕੋਲ ਘਟਨਾ ਹੈ ਕਿ 20 ਜੂਨ 1990 ਦੇ ਦਿਨ ਪੰਜਾਬ ਪੁਲਿਸ ਨੇ ਰਵਿੰਦਰ ਪਾਲ ਸਿੰਘ ਮੋਗਾ
पुत्र स्वर्ण सिंह नूं एक नकली मुकाबले शहीद कर दिता। 1992 की साढ़े को फिर घटना है कि 20 जून 1992 के दिन पंजाब पुलिस ने जसमेर सिंह पुत्र जगीर सिंह वासी पिंड खाट जिला फतेहगढ़ साहब ते हरी किशन पुत्र जगदेव राय वासी काली के जिला संगरूर नूं नकली मुकाबले शहीद कर दिता। एक चेते रहे कि हरी किशन जिहड़ा उह सिख परिवार दे नाल संबंधित नहीं सी रखदा ते क्योंकि उह किसी सिंह दे नाल फड़िया गया सी ते उसनूं भी नकली मुकाबला बना के शहीद कर दिता गया तां जो उह जिहड़ा गवाही ना दे सके। 20 जून 1993 की साढ़े को घटना है, पंजाब पुलिस ने 20 जून 1993 के दिन सविंदर सिंह पुत्र दलीप सिंह वासी अठवाल नेड़े फतेहपुर दाहर जिला गुरदासपुर नूं एक नकली मुकाबले विच शहीद कर दिता। यह सन 20 जून दियां सिख तारीख दियां अहम घटनावां जिन्हां दा मैं तुहाडे नाल जिक्र किया है। शुक्रिया।